कपूरथला नगर निगम ते कौंसलर तो लैके मेयर अते विधायक दी सीट ते कांग्रेस दा कब्जा है ते पिछली कांग्रेस सरकार तो ही कच्चे सफाई सेवक पक्के करन दी मांग करदे आ रहे ने ते उदों तो ही अज तक नगर निगम कपूरथला दे कोल इलाके दा कूड़ा डंप करन दे लई कोई सरकारी थां भी नहीं है ते हुण कपूरथला इलाके दे विच थां थां ते गंदे कूड़े दे ढेर लग चुके ने। विदेश दौरे तो परते हलका कपूरथला दे कांग्रेसी विधायक राणा गुरजीत सिंह हुण हर पासे कूड़े दे ढेरां नूं देख के शर्म महसूस करते हुए नज़र आए। तो दस देंदे हां कि नगर निगम दे विकास कारजां दे करोड़ां रुपए पंजाब दे विच आम आदमी पार्टी दी सरकार नूं वापस करन ते हुण कांग्रेसी विधायक राणा गुरजीत भड़क उठे ने अते उन्हां ने इस मौके आम आदमी पार्टी दी हलका इंचार्ज मैडम मंजू राणा ते वी निशाने साधे ने। ਜਿਹੜੇ ਇੱਥੇ ਹਲਕਾ ਇੰਚਾਰਜ ਜਿਹੜੇ ਅੱਜ ਬਹੁਤ ਸਾਰੀਆਂ ਗੱਲਾਂ ਕਰਦੇ ਆ, ਉਹਨਾਂ ਨੇ ਜਾ ਕੇ ਕਿਹਾ, ADC ਨੂੰ ਬੁਲਾਇਆ ਔਰ ADC ਨੂੰ ਕਿਹਾ ਕਿ ਇਹ ਤੁਹਾਡਾ ਮੈਂ 15 ਦਿਨਾਂ 'ਚ ਕਰਾ ਦੂੰਗੀ ਪੱਕੇ। 15 ਦਿਨ ਕੀ, ਅੱਜ 4 ਮਹੀਨੇ ਹੋਣ ਨੂੰ ਆ ਗਏ, ਲੋਕ ਸੰਤਾਪ ਭੋਗ ਰਹੇ ਆ। ਪਰ ਮੈਨੂੰ ਜਦ ਮੈਂ ਕਪੂਰਥਲੇ ਦੀਆਂ ਗਲੀਆਂ 'ਚ ਜਾਂਦਾ ਤਾਂ ਮੈਨੂੰ ਸ਼ਰਮ ਆਉਂਦੀ ਆ ਔਰ ਮੈਂ ਸਮਝਦਾ ਗੰਦਗੀ 'ਚ ਜਿਹੜੇ ਰਹਿ ਰਹੇ ਨੇ ਇਹ ਕਸੂਰ ਕਿਸੇ ਹੋਰ ਦਾ ਨਹੀਂ, ਇੱਥੇ ਦੇ ਹਲਕਾ ਇੰਚਾਰਜ ਦਾ, ਆਮ ਆਦਮੀ ਦੀ ਪਾਰਟੀ ਦੀ ਨੀਤੀਆਂ ਦਾ। ਇਹਨਾਂ ਦਾ ਸਖ਼ਤ ਵਿਰੋਧ ਕਰਦੇ ਹਾਂ ਔਰ ਇੱਥੇ ਤਾਂ ਹੀ ਨਹੀਂ, ਹਰ ਦਫ਼ਤਰ ਦੇ ਵਿੱਚ ਇੰਟਰਫੇਰੈਂਸ। ਤੁਸੀਂ ਮੈਨੂੰ ਇਹ ਦੱਸੋ, ਜਦ ਲੋਕਾਂ ਨੇ ਤੁਹਾਨੂੰ ਚੁਣਿਆ ਨਹੀਂ, ਤੁਹਾਡਾ ਮਤਲਬ ਕੀ ਆ, ਤੁਸੀਂ ਹੋ ਕੌਣ? ਆਪਣੀ ਪਾਰਟੀ ਦਾ ਕੰਮ ਕਰੋ, ਲੇਕਿਨ ਤੁਸੀਂ ਦਫ਼ਤਰ 'ਚ ਜਾ ਕੇ ਕਿਸੇ ਦੇ ਵਿੱਚ, ਚਾਹੇ ਉਹ ਨਗਰ ਕੌਂਸਲ ਹੋਵੇ, ਨਗਰ ਕੌਂਸਲ 'ਚ ਮੈਂ ਬੰਦਾ ਰੱਖ ਦਿੱਤਾ, ਕਰਾਓ ਕੰਮ। ਇਹੋ ਤਾਲਾ ਲਾ ਕੇ ਚਲੇ ਗਿਆ, ਉੱਥੇ ਅਫਸਰ ਬੈਠ ਨਹੀਂ ਰਹੇ, ਇਹ ਬੜੀ ਵੱਡੀ ਸ਼ਿਕਾਇਤ ਹੈ। ਮੈਂ DC ਨੂੰ ਮਿਲਣਾ ਵੀ ਆ ਔਰ ਉਹਨਾਂ ਨੂੰ ਸ਼ਹਿਰ ਦੇ ਹਾਲਾਤ ਬਾਰੇ ਦੱਸਾਂਗਾ ਕਿ ਤਰਾਈ ਮਚੀ ਹੋਆ, ਲੋਕ ਗੰਦਗੀ 'ਚ ਰਹਿ ਰਹੇ ਆ ਔਰ 17 ਕਰੋੜ ਰੁਪਈਆ, 16 ਜਾਂ 17 ਕਰੋੜ ਰੁਪਈਆ ਜਿਹੜਾ ਵਿਕਾਸ ਦੇ ਕੰਮਾਂ ਲਈ ਕਪੂਰਥਲੇ 'ਚ ਆਇਆ ਸੀ, ਉਹ ਸਾਰੇ ਦਾ ਸਾਰਾ ਵਾਪਸ ਲੈ ਕੇ ਚਲੇ ਗਏ। ਮੰਜੂ ਰਾਣਾ ਜੀ, ਮੈਂ ਬੇਨਤੀ ਹੱਥ ਜੋੜ ਕੇ ਤੁਹਾਨੂੰ ਕਰਨਾ ਚਾਹੁੰਦਾ ਕਿ ਤੁਸੀਂ ਲੋਕਾਂ ਦੀ ਤਾਂ ਸੇਵਾ ਕਰਨੀ ਚਾਹੁੰਦੇ ਆ, ਕਿਸ ਕਿਸਮ ਦੀ ਕਰਨੀ ਚਾਹੁੰਦੇ ਆ ਇਹ ਮੈਨੂੰ ਨਹੀਂ ਪਤਾ, ਲੇਕਿਨ ਸੈਕਟਰੀਏਟ ਜਾਓ, ਮਾਨਯੋਗ ਮੁੱਖ ਮੰਤਰੀ ਨੂੰ ਮਿਲੋ, ਸਾਡਾ 16 ਕਰੋੜ ਰੁਪਈਆ ਵਾਪਸ ਲਿਆ ਕੇ ਦਿਓ, ਡਿਵੈਲਪਮੈਂਟ ਦੇ ਕੰਮ ਚਾਲੂ ਹੋਣ। ਇਹ ਕੋਈ ਤਰੀਕਾ ਨਹੀਂ ਹੈ। ਮੈਂ ਤਾਂ ਅੱਜ DC ਸਾਹਿਬ ਨੂੰ ਮਿਲ ਕੇ ਸਾਰੀਆਂ ਗੱਲਾਂ। ਉੱਧਰ ਦੂਜੇ ਪਾਸੇ ਜਦੋਂ ਇਸ ਪੂਰੇ ਮਾਮਲੇ ਦੇ ਸੰਬੰਧ ਦੇ ਵਿੱਚ ਮੰਜੂ ਰਾਣਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਸੀ ਰਾਣਾ ਗੁਰਜੀਤ ਸਿੰਘ ਦੇ ਬਾਰੇ, ਆਓ ਸੁਣਾਉਂਦੇ ਆ ਤੁਹਾਨੂੰ। ਤੁਸੀਂ ਤਾਂ ਜਿਹੜਾ ਤੁਹਾਡੇ ਅੱਗੇ ਬੋਲਿਆ ਜਾਂ ਬੋਲਣ ਦੀ ਕੋਸ਼ਿਸ਼ ਕੀਤੀ ਉਹਦੇ ਵੀਕ ਪੁਆਇੰਟ ਚੱਕੇ ਅਤੇ ਪਰਚੇ ਕਰਾ ਕੇ ਉਹਨੂੰ ਡਰਾ ਕੇ ਲਾਲੇ ਨੂੰ ਅੰਦਰ ਵਾੜ ਲਿੱਤਾ। ਮੈਡਮ ਇਹ ਚੀਜ਼ਾਂ ਨਹੀਂ ਕਰਦੀ ਹੈਗੀ। ਜਾਂ ਤਾਂ ਮੈਨੂੰ ਹੁਣ ਐਟ ਪ੍ਰੈਜੈਂਟ ਤੁਹਾਡਾ ਏਜ ਫੈਕਟਰ ਵੀ ਲੱਗ ਰਿਹਾ ਹੈਗਾ। ਇੱਕ, ਤੁਸੀਂ ਬੁਖਲਾ ਗਏ ਹੋ ਜਦੋਂ ਆਮ ਆਦਮੀ ਪਾਰਟੀ 92 ਵੋਟ ਲੈ ਕੇ ਆ ਗਈ ਆ, ਇਹ ਤੁਸੀਂ ਨਹੀਂ ਗੱਲਾਂ ਕਰ ਰਹੇ, ਤੁਹਾਡੀ ਏਜ ਅਤੇ ਤੁਹਾਡਾ ਬੁਖਲਾਇਆ ਆਪਾਂ ਨੇ ਗੱਲਾਂ ਕਰ ਲਿਆ ਹੈ। ਔਰ ਤੁਸੀਂ ਦੇਖੋ, ਮੈਂ ਕਪੂਰਥਲਾ ਅੱਜ ਛੱਡ ਕੇ ਚਲੇ ਜਾਣ ਨੂੰ ਤਿਆਰ ਹਾਂ ਜੇ ਤੁਸੀਂ ਜੈਨੂਨ ਵੋਟਾਂ 'ਤੇ ਜਿੱਤੇ ਹੋ। ਕਪੂਰਥਲੇ 'ਚ ਵੀ ਤੁਸੀਂ ਜਾਅਲੀ ਵੋਟਾਂ 'ਤੇ ਜਿੱਤੇ ਹੋ, ਸੁਲਤਾਨਪੁਰ 'ਚ ਮੁੰਡਾ ਤੁਸੀਂ ਜਾਅਲੀ ਵੋਟਾਂ 'ਤੇ ਜਿਤਾਇਆ ਹੈਗਾ ਔਰ ਇਸ ਚੀਜ਼ ਦਾ ਸੰਸਥਾ ਦੇ ਵਿੱਚ ਵੀ ਰੱਜ ਕੇ ਉੱਥੇ ਵਿਖਿਆਨ ਹੋਇਆ ਹੈਗਾ। ਔਰ ਦੂਜੀ ਤੀਜੀ ਵਾਰੀ ਤੁਸੀਂ ਡੇਅਰ ਨਹੀਂ ਕੀਤਾ, ਨਾ ਤੁਸੀਂ ਨਾ ਤੁਹਾਡੇ ਮੁੰਡੇ ਨੂੰ, ਕਿ ਸੰਸਦ ਦੇ ਵਿੱਚ ਦੁਬਾਰਾ ਚਲੇ ਜਾਓਗੇ। ਕਿਉਂਕਿ ਬੰਦੇ ਦੀਆਂ ਜਿਹੜੀਆਂ ਅੰਦਰ ਆ, ਬੰਦਾ ਦੁਨੀਆ 'ਤੇ ਆਪਣੇ ਆਪ ਨੂੰ ਸ਼ੇਰ ਦਿਖਾ ਸਕਦਾ, ਅੰਦਰ ਉਹਨੂੰ ਪਤਾ ਹੁੰਦਾ ਕਿ ਮੇਰੀਆਂ ਨਲਾਇਕੀਆਂ ਕੀ ਆ। ਅਤੇ ਤੁਸੀਂ ਵੀ ਮੌਜੂਦਾ MLA ਸਾਹਿਬ ਆਪਣੀਆਂ ਨਲਾਇਕੀਆਂ ਨੂੰ ਜਾਣਦੇ ਹੋ ਕਿ ਕਿੱਦਾਂ ਜਿੱਤੇ ਹੋ, ਕਿੱਦਾਂ ਤੁਸੀਂ ਵੋਟਾਂ ਲਿੱਤੀਆਂ ਹੈਗੀਆਂ। ਕਹਿੰਦੇ ਤਾਂ ਹੈ ਐਕਚੁਅਲੀ ਮੈਡਮ ਜਿਹੜੀ ਹੈਗੀ ਆ ਇੱਕ ਆਪਣੀ ਆਮ ਆਦਮੀ ਪਾਰਟੀ ਦੀ ਨੁਮਾਇੰਦਾ ਹੈਗੀ ਆ ਔਰ ਜੈਨੂਨ 38,000 ਦੇ ਕਰੀਬ ਵੋਟ ਲਿੱਤੀ ਹੈਗੀ ਆ, ਬਿਨਾਂ ਸ਼ਰਾਬ ਵੰਡੇ ਅਤੇ ਬਿਨਾਂ ਪੈਸਾ ਵੰਡੇ। ਤੁਹਾਡੇ ਤਰ੍ਹਾਂ ਲੱਖਾਂ ਕਰੋੜਾਂ ਰੁਪਈਆ ਵੰਡ ਕੇ ਜਾਂ ਸ਼ਰਾਬ ਵੰਡ ਕੇ ਵੋਟ ਨਹੀਂ ਲਿੱਤੀ ਹੈਗੀ। ਇਸ ਕਰਕੇ ਬੁਖਲਾਓ ਨਾ, ਜ਼ਿੰਦਗੀ ਨਾਲ ਜਿਹੜਾ ਵਾ ਸਮਝੌਤਾ ਕਰਨਾ ਪੈਂਦਾ। ਇਹ ਵੱਡਿਆਂ ਨੇ ਵੀ ਗੱਲਾਂ ਕਹੀਆਂ ਕਿ ਵਕਤ ਇੱਕੋ ਜਿਹਾ ਨਹੀਂ ਰਹਿੰਦਾ ਹੈ।